ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ PG77 ਸਟੱਡੀ ਪੁਆਇੰਟ ਦੇ ਜੀ। ਅੱਜ ਆਪਾਂ ਕਰਾਂਗੇ ਫੇਮਸ ਪਰਸਨੈਲਿਟੀ ਆਫ ਪੰਜਾਬ। ਜੇਕਰ ਤੁਹਾਨੂੰ ਸਾਡੀ ਇਹ ਕਲਾਸ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਜੇ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੀ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਫੇਮਸ ਪਰਸਨੈਲਿਟੀ ਆਫ ਪੰਜਾਬ। ਸ਼ੁਰੂ ਤਾਂ ਕਰਾਂਗੇ ਜੀ ਪਹਿਲੇ ਨੰਬਰ ਤੋਂ ਸ਼ਹੀਦ ਭਗਤ ਸਿੰਘ ਤੋਂ ਜੀ। ਸ਼ਹੀਦ ਭਗਤ ਸਿੰਘ, ਠੀਕ ਹੈ ਜੀ। ਆਪਣੀ ਨੋਟਬੁੱਕ 'ਤੇ ਲਿਖਿਆ ਜੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ। ਪਹਿਲਾ ਕੁਸ਼ਚਨ ਆ ਗਿਆ ਜੀ, ਸ਼ਹੀਦ ਭਗਤ ਸਿੰਘ ਨੂੰ ਹੀ ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ। ਸ਼ਹੀਦ ਭਗਤ ਸਿੰਘ ਨੂੰ ਹੀ ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ ਜੀ। ਅੱਗੇ ਲਿਖਿਆ ਜੇ DOB ਮਤਲਬ ਡੇਟ ਆਫ ਬਰਥ, ਹਾਂਜੀ ਲਿਖਿਆ ਜੇ ਇਹਨਾਂ ਦਾ ਡੇਟ ਆਫ ਬਰਥ ਲਿਖਿਆ ਜੇ 27 ਸਤੰਬਰ 1907, ਇਹਨਾਂ ਜਨਮ ਹੋਇਆ ਸੀਗਾ 27 ਸਤੰਬਰ 1907 ਨੂੰ ਜੀ ਐਟ ਬੰਗਾ ਵਿਲਜ ਆ ਗਿਆ ਜੀ, ਠੀਕ ਹੈ ਜੀ। ਬੰਗਾ ਪਿੰਡ ਡਿਸਟ੍ਰਿਕਟ ਲਿਖਿਆ ਜੀ ਇਹਨਾਂ ਦੀ, ਡਿਸਟ੍ਰਿਕਟ ਸੀਗੀ ਲਾਇਲਪੁਰ, ਡਿਸਟ੍ਰਿਕਟ ਲਾਇਲਪੁਰ ਜੋ ਕਿ ਅੱਜ ਕੱਲ੍ਹ ਪਾਕਿਸਤਾਨ 'ਚ ਹੈ ਜੀ। ਬੰਗਾ ਪਿੰਡ ਸੀਗਾ ਜੀ, ਡਿਸਟ੍ਰਿਕਟ ਲਾਇਲਪੁਰ ਪਾਕਿਸਤਾਨ ਵਿੱਚ ਹੈਗਾ ਜੀ। ਨੈਕਸਟ ਲਿਖੋ ਇਹਨਾਂ ਦੇ ਪਿਤਾ ਜੀ ਦਾ ਨਾਮ, ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਜੀ, ਸਰਦਾਰ ਕਿਸ਼ਨ ਸਿੰਘ ਜੀ। ਮਾਤਾ ਦਾ ਨਾਂ ਵਿਦਿਆਵਤੀ ਕੌਰ, ਮਾਤਾ ਦਾ ਨਾਂ ਵਿਦਿਆਵਤੀ ਕੌਰ। ਅਤੇ ਇਹਨਾਂ ਦੇ ਅੰਕਲ ਜੀ ਦਾ ਨਾਮ ਲਿਖੋ ਸਰਦਾਰ ਅਜੀਤ ਸਿੰਘ ਜੀ, ਸਰਦਾਰ ਅਜੀਤ ਸਿੰਘ ਜੀ। ਪੇਪਰ 'ਚ ਕੁਸ਼ਚਨ ਆ ਜਾਂਦਾ ਵੀ ਕਿ ਇਹਨਾਂ ਦੇ ਚਾਚਾ ਜੀ ਦੇ ਕੀ ਨਾਮ ਹੈ, ਤੇ ਸਰਦਾਰ ਅਜੀਤ ਸਿੰਘ ਜੀ। ਸਰਦਾਰ ਅਜੀਤ ਸਿੰਘ ਨੇ ਹੀ, ਠੀਕ ਹੈ, ਇਹਨਾਂ ਨੂੰ ਮੋਟੀਵੇਸ਼ਨ ਕਰਿਆ ਸੀਗਾ, ਮੋਟੀਵੇਟ ਕਰਿਆ ਸੀਗਾ ਭਾਰਤੀ ਅੰਦੋਲਨ ਵਿੱਚ, ਯਾਨੀ ਕਿ ਕ੍ਰਾਂਤੀਕਾਰੀ ਵਿਚਾਰਾਂ ਦਾ ਜਨਮ ਹੀ ਉਹਨਾਂ ਦੇ ਮੋਟੀਵੇਸ਼ਨ ਕਰਨ ਦੇ ਤੌਰ ਤੇ ਹੋਇਆ ਸੀਗਾ ਇਹਨਾਂ ਦਾ ਜੀ, ਸਰਦਾਰ ਅਜੀਤ ਸਿੰਘ ਦੇ। ਨੈਕਸਟ ਲਿਖੋ ਇਹਨਾਂ ਦੇ ਯੋਗਦਾਨ, ਭਗਤ ਸਿੰਘ ਨੇ ਯੋਗਦਾਨ ਕਿਹੜੇ ਕਿੱਥੇ ਪਾਇਆ ਸੀਗਾ, ਕਿਹੜੀ ਕਿਹੜੀ ਪਾਰਟੀਆਂ ਨਾਲ ਯੋਗਦਾਨ ਪਾਇਆ ਸੀਗਾ। ਲਿਖੋ ਯੋਗਦਾਨ, ਆਪਣੀ ਕਾਪੀ ਤੇ ਹੈਡਿੰਗ ਬਣਾ ਲਓ ਯੋਗਦਾਨ। ਪਹਿਲੀ ਪਾਰਟੀ ਸੀਗੀ ਭਾਰਤੀ ਭਾਰਤੀ ਨੌਜਵਾਨ ਪਾਰਟੀ, ਭਾਰਤੀ ਨੌਜਵਾਨ ਪਾਰਟੀ। ਸੈਕਿੰਡ ਲਿਖੋ ਕਿਰਤੀ ਕਿਸਾਨ ਪਾਰਟੀ, ਕਿਰਤੀ ਕਿਸਾਨ ਪਾਰਟੀ। ਤੀਸਰੇ ਨੰਬਰ ਲਿਖੋ HRA ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ,
ਠੀਕ ਹੈ ਜੀ। ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇੱਕ ਵਿੱਚ ਐਸ ਵੀ ਹੈਗੀ ਹੈ ਜੀ, ਇੱਥੇ ਐਸ ਬਾਅਦ 'ਚ ਆਈ ਸੀਗੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, ਠੀਕ ਹੈ ਜੀ, ਇਹਦੇ ਵੀ ਮੈਂਬਰ ਰਹੇ ਸਨ। ਚੌਥਾ ਲਿਖਿਆ ਜੇ ਕ੍ਰਾਂਤੀ ਦਲ। ਕੁਸ਼ਚਨ ਆ ਜਾਂਦਾ ਹੈ ਵੀ ਆਪਸ਼ਨ ਦਿੱਤੀਆਂ ਹੋਣਗੀਆਂ, ਤਿੰਨ ਆਪਸ਼ਨ ਦਿੱਤੀਆਂ ਹੋਣਗੀਆਂ ਵੀ ਭਗਤ ਸਿੰਘ ਕਿਹੜੀ ਪਾਰਟੀ ਦੇ ਮੈਂਬਰ ਨਹੀਂ ਸਨ। ਇੱਕ ਦਿੱਤੀ ਹੋਈ, ਅਦਰ ਦਿੱਤੀ ਹੋਈ ਇਹਨਾਂ ਚਾਰਾਂ ਤੋਂ, ਤਾਂ ਆਪਣੇ ਉਹ ਆਪਸ਼ਨ ਸਹੀ ਹੋਵੇਗੀ ਜੀ। ਜਾਂ ਕਈ ਵਾਰ ਦੋ ਦਿੱਤੇ ਹੋਣਗੇ ਤਾਂ ਆਪਾਂ ਬਹੁਤ ਲਾ ਸਕਦੇ ਹਾਂ ਜੀ। ਨੋਟ ਕਰ ਲਓ ਜੀ। ਨੈਕਸਟ ਲਿਖੋ ਸਿੱਖਿਆ। ਸਿੱਖਿਆ ਸਿੱਖਿਆ ਨੇ ਕੀਤੀ ਸੀਗੀ ਨੈਸ਼ਨਲ ਨੈਸ਼ਨਲ ਕਾਲਜ ਲਾਹੌਰ, ਠੀਕ ਹੈ। ਆਪਣੀ ਸਿੱਖਿਆ ਕਿੱਥੋਂ ਸ਼ੁਰੂ ਕੀਤੀ ਸੀ? ਨੈਸ਼ਨਲ ਕਾਲਜ ਲਾਹੌਰ ਤੋਂ ਸ਼ੁਰੂ ਕੀਤੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ 9 ਅਗਸਤ 1925 ਲਿਖੋ, ਇੰਪੋਰਟੈਂਟ ਹੈ। 9 ਅਗਸਤ 1925 ਨੂੰ ਕਕੋਰੀ ਕਾਂਡ ਹੁੰਦਾ ਜੀ। ਕਕੋਰੀ ਕਾਂਡ ਵਿੱਚ ਕੀ ਹੁੰਦਾ ਜੀ? ਕਕੋਰੀ ਇੱਕ ਕਾਂਡ ਹੈ। ਕਕੋਰੀ ਇੱਕ ਰੇਲਵੇ ਸਟੇਸ਼ਨ ਹੈ, ਠੀਕ ਹੈ ਜੀ। ਕਕੋਰੀ ਇੱਕ ਰੇਲਵੇ ਸਟੇਸ਼ਨ ਹੈ ਜੀ, ਠੀਕ ਹੈ ਜੀ। ਸ਼ਹੀਦ ਭਗਤ ਸਿੰਘ ਪਹਿਲੀ ਵਾਰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇਸ ਪਾਰਟੀ ਦੇ ਮੈਂਬਰਾਂ ਨੇ ਮਿਲ ਕੇ ਠੀਕ ਹੈ ਜੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਰਲ ਕੇ, ਠੀਕ ਹੈ ਜੀ, ਇਸ ਟ੍ਰੇਨ ਦਾ ਰਸਤਾ ਹੁੰਦਾ ਜੀ, ਸਹਾਰਨਪੁਰ ਤੋਂ ਲਖਨਊ ਟ੍ਰੇਨ ਦਾ ਰਸਤੇ ਤੇ ਟ੍ਰੇਨ ਆ ਰਹੀ ਹੁੰਦੀ ਹੈ, ਤੇ ਉਸ ਟ੍ਰੇਨ ਵਿੱਚ ਅੰਗਰੇਜ਼ਾਂ ਦਾ ਹਥਿਆਰ ਹੁੰਦੇ ਆ, ਧਨ ਹੁੰਦਾ ਆ, ਉਹ ਸਾਰਾ ਸ਼ਹੀਦ ਭਗਤ ਸਿੰਘ ਵਾਰੀ ਤੇ ਉਸ ਪਾਰਟੀ ਦੇ ਮੈਂਬਰ ਐਚ ਆਰ ਦੇ ਮੈਂਬਰ ਰਲ ਕੇ ਉਹ ਟ੍ਰੇਨ ਵਿੱਚ ਜਿੰਨਾ ਵੀ ਧਨ ਹੁੰਦਾ ਆ ਜਾਂ ਅਸਲਾ ਹੁੰਦਾ ਆ ਉਸ ਨੂੰ ਲੁੱਟ ਲੈਂਦੇ ਆ, ਕਿਉਂਕਿ ਆਪਾਂ ਜੇ ਕਿਸੇ ਦੇ ਖਿਲਾਫ ਜੰਗ ਲੜਨੀ ਤਾਂ ਆਪਾਂ ਨੂੰ ਉਹਦੇ ਵਾਸਤੇ ਪੈਸਿਆਂ ਦੀ ਵੀ ਲੋੜ ਪਊਗੀ, ਠੀਕ ਹੈ ਜੀ, ਧਨ ਦੀ ਵੀ ਲੋੜ ਪਊਗੀ, ਹਥਿਆਰਾਂ ਦੀ ਵੀ ਲੋੜ ਪਵੇਗੀ। ਤਾਂ ਉਹ ਸਾਰਾ ਧਨ ਟ੍ਰੇਨ ਵਿੱਚ ਆ ਰਿਹਾ, ਉਹ ਧਨ ਸਾਰਾ ਭਗਤ ਸਿੰਘ ਵਰੀ ਤੇ ਆਹ ਪਾਰਟੀ ਦੇ ਮੈਂਬਰ ਰਲ ਕੇ ਲੁੱਟ ਲੈਂਦੇ ਆ, ਠੀਕ ਹੈ ਜੀ। ਇਸ ਨੂੰ ਹੀ ਲੁੱਟ ਨੂੰ ਹੀ ਕਕੋਰੀ ਕਾਂਡ ਕਿਹਾ ਜਾਂਦਾ ਹੈ, ਠੀਕ ਹੈ ਜੀ। ਇਸ ਨੂੰ ਕੀ ਕਹਿੰਦਾ? ਕਕੋਰੀ ਕਾਂਡ ਕਿਹਾ ਜਾਂਦਾ ਹੈ। ਨੋਟ ਕਰ ਲਿਆ ਹੋਵੇਗਾ ਜੀ। ਨੈਕਸਟ ਆਪਣੀ ਕਾਪੀ ਤੇ ਹੈਡਿੰਗ ਬਣਾਓ ਜੀ, ਸਾਈਮਨ ਕਮਿਸ਼ਨ।
ਸਾਈਮਨ ਕਮਿਸ਼ਨ ਕਦੋਂ ਆਉਂਦਾ ਜੀ ਭਾਰਤ ਵਿੱਚ? 1928 ਵਿੱਚ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਵਿੱਚ ਆਉਂਦਾ ਹੈ। ਸਾਈਮਨ ਕਮਿਸ਼ਨ ਆਉਂਦਾ ਹੈ ਭਾਰਤ ਵਿੱਚ, ਤੇ ਸਾਈਮਨ ਕਮਿਸ਼ਨ ਵਿੱਚ ਜਿੰਨੇ ਮੈਂਬਰ, ਟੋਟਲ ਮੈਂਬਰ ਕਿੰਨੇ ਆਉਂਦੇ ਆ ਜੀ? ਸੱਤ। ਸੱਤੇ ਦੇ ਸੱਤੇ ਮੈਂਬਰ ਹੀ ਗੋਰੇ ਹੁੰਦੇ ਆ। ਗੋਰੇ ਹੁੰਦੇ ਆ ਮਤਲਬ ਚਿੱਟੇ ਹੁੰਦੇ ਆ ਸਾਰੇ। ਉਹ ਸੱਤੇ ਜਦੋਂ ਗੋਰੇ ਆਉਂਦੇ ਆ ਤੇ ਉਹਨਾਂ ਦਾ ਵਿਦਰੋਹ ਲਾਲਾ ਲਾਜਪਤ ਰਾਏ ਜੀ ਕਰਦੇ ਆ। ਲਾਲਾ ਲਾਜਪਤ ਰਾਏ ਦੇ ਨਾਲ ਹੋਰ ਮੈਂਬਰ ਹੁੰਦੇ, ਤੇ ਐਚ ਆਰ ਏ ਪਾਰਟੀ ਦੇ ਮੈਂਬਰ ਵੀ ਹੁੰਦੇ, ਉਹ ਵਿਦਰੋਹ ਕਰਦੇ ਆ ਜੀ ਇਹਨਾਂ ਦਾ। ਠੀਕ ਹੈ ਜੀ, ਕਿਉਂਕਿ ਸਾਰੇ ਚਿੱਟੇ ਆਉਣਗੇ ਤੇ ਕਾਨੂੰਨ ਬਣਾਉਣਗੇ, ਕਾਨੂੰਨ ਬਣਾਉਣਗੇ ਸਿਰਫ ਆਪਦੇ ਫਾਇਦੇ ਲਈ ਬਣਾਉਣਗੇ, ਕੋਈ ਆਪਣੇ ਲਈ ਤਾਂ ਬਣਾਉਣਗੇ ਨਹੀਂ। ਇਸ ਕਰਕੇ ਇਹਨਾਂ ਦਾ ਲਾਲ ਲਾਜਪਤ ਰਾਏ ਜੀ ਵਿਦਰੋਹ ਕਰਦੇ ਆ। ਵਿਦਰੋਹ ਕਰਦੇ ਸਮੇਂ ਲਾਲ ਲਾਜਪਤ ਰਾਏ ਜੀ ਸਾਰੇ ਤੋਂ ਅੱਗੇ ਹੁੰਦੇ ਆ। ਠੀਕ ਹੈ ਜੀ, ਲਾਲਾ ਲਾਜਪਤ ਰਾਏ ਜੀ ਸਭ ਤੋਂ ਅੱਗੇ ਹੁੰਦੇ ਤੇ ਲਾਲਾ ਲਾਜਪਤ ਰਾਏ ਨੂੰ ਤੇ ਬ੍ਰਿਟਿਸ਼ ਸਰਕਾਰ ਲਾਠੀਚਾਰਜ ਕਰਦੀ ਆ। ਲਾਠੀਚਾਰਜ ਕਰਦੀ ਤੇ ਲਾਲਾ ਲਾਜਪਤ ਰਾਏ ਜੀ ਦੇ ਸਿਰ ਤੇ ਲਾਠੀ ਵੱਜਦੀਆਂ ਨੇ, ਜਿਸ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ, ਯਾਨੀ ਕਿ ਸ਼ਹੀਦ ਹੋ ਜਾਂਦੇ ਆ। ਠੀਕ ਹੈ ਜੀ, ਕੁਸ਼ਚਨ ਬਣਦਾ ਹੈ, ਕੁਸ਼ਚਨ ਬਣਦਾ ਹੈ ਕਿ ਲਾਲ ਲਾਜਪਤ ਰਾਏ ਜੀ ਨੂੰ ਲਾਠੀ ਕਿਸਨੇ ਮਾਰੀ ਸੀਗੀ? ਜਾਰਜ ਸਟੋਕ ਨੇ। ਜਾਰਜ ਸਟੋਕ ਨੇ ਇਹਨੂੰ ਲਾਠੀ ਮਾਰੀ ਸੀ। ਲਾਠੀ ਚਾਰਜ ਦਾ ਉਦੇਸ਼ ਕਿਹਨੇ ਦਿੱਤਾ ਸੀਗਾ? ਸਾਂਡਰਸ ਨੇ। ਠੀਕ ਹੈ ਜੀ, ਸਾਂਡਰਸ ਨੇ ਮਾਰੀ ਸੀਗਾ, ਜੋਹਨ ਸਾਂਡਰਸ ਨੇ। ਠੀਕ ਹੈ ਜੀ, ਲਾਠੀ ਚਾਰਜ ਲਾਠੀਚਾਰਜ ਦਾ ਉਦੇਸ਼ ਕੌਣ ਦਿੰਦਾ ਜੀ? ਸਾਂਡਰਸ। ਤੇ ਲਾਠੀ ਮਾਰੀ ਕਿਹਨੇ? ਜਾਰਜ ਸਟੋਕ ਲਾਠੀ ਮਾਰਦਾ ਜੀ ਨੂੰ। ਜਾਰਜ ਸਟੋਕ ਇਹਨਾਂ ਲਾਠੀ ਮਾਰਦਾ ਜੀ। ਤੇ ਇਹਨਾਂ ਦੀ ਮੌਤ ਕਦੋਂ ਹੋ ਜਾਂਦੀ ਲਾਲਾ ਲਾਜਪਤ ਦੀ? 17 ਨਵੰਬਰ 1928 ਨੂੰ ਇਹ ਸ਼ਹੀਦ ਹੋ ਜਾਂਦੇ ਆ ਜੀ। ਲਾਲਾ ਲਾਜਪਤ ਰਾਏ ਜੀ 17 ਨਵੰਬਰ 1928 ਨੂੰ ਸ਼ਹੀਦ ਹੋ ਜਾਂਦੇ ਹਨ ਜੀ। ਉਸ ਤੋਂ ਬਾਅਦ ਜਦੋਂ ਸ਼ਹੀਦ ਭਗਤ ਸਿੰਘ ਵਰਨ ਨੂੰ ਇਹ ਪਤਾ ਲੱਗਦਾ ਹੈ ਤਾਂ ਉਹ ਇਸ ਦਾ ਬਦਲਾ ਲੈਣ ਲਈ, ਠੀਕ ਹੈ ਜੀ, ਬਦਲਾ ਲੈਂਦੇ ਆ। ਪੁੱਛੇ ਜਾਂਦੇ ਪੇਪਰ ਵਿੱਚ ਕਿ ਲਾਲਾ ਲਾਜਪਤ ਰਾਏ ਜੀ ਦਾ ਬਦਲਾ ਕਿਹਨਾਂ ਨੇ ਲਿਆ ਸੀਗਾ? ਠੀਕ ਹੈ ਜੀ, ਲਾਲਾ ਲਾਜਪਤ ਰਾਏ ਜੀ ਦਾ ਬਦਲਾ ਸ਼ਹੀਦ ਭਗਤ ਸਿੰਘ ਜੀ ਵਾਰੀ ਲੈਂਦੇ ਆ ਜੀ। ਸ਼ਹੀਦ ਭਗਤ ਸਿੰਘ ਜੀ ਦੇ ਨਾਲ ਕੌਣ ਹੁੰਦੇ ਉਹ ਪੁੱਛ ਲੈਂਦੇ। ਸ਼ਹੀਦ ਭਗਤ ਸਿੰਘ ਜੀ ਦੇ ਨਾਲ ਰਾਜਗੁਰੂ ਤੇ ਸੁਖਦੇਵ, ਰਾਜਗੁਰੂ ਤੇ ਸੁਖਦੇਵ ਜੀ ਇਹਨਾਂ ਦੇ ਨਾਲ ਹੁੰਦੇ ਆ ਬਦਲਾ ਲੈਣ ਲਈ। ਠੀਕ ਹੈ ਜੀ, ਬਦਲਾ ਕਿਹਨਾਂ ਲਿਆ? ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਕਿਹਨਾਂ ਲਿਆ? ਬਦਲਾ ਲਿਆ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ। ਰਾਜਗੁਰੂ ਤੇ ਸੁਖਦੇਵ ਇਹ ਬਦਲਾ ਲੈਂਦੇ ਆ ਜੀ। ਠੀਕ ਹੈ, ਇਹਨਾਂ ਤਿੰਨਾਂ ਨੇ ਰਲ ਕੇ ਲਾਲਾ ਲਾਜਪਤ ਰਾਏ ਜੀ ਦੇ ਮੌਤ ਦਾ ਬਦਲਾ ਲਿਆ ਜੀ। ਨੋਟ ਕਰ ਲਿਆ ਜੀ? ਜਦੋਂ ਬਦਲਾ ਲੈਂਦੇ ਆ ਸ਼ਹੀਦ ਭਗਤ ਸਿੰਘ ਵਾਰੀ ਪਹਿਲਾਂ ਪਲੈਨਿੰਗ ਕਰਦੇ ਆ ਜੀ,
ਵੀ ਆਪਾਂ ਉਹਨੂੰ ਮਾਰਨਾ, ਕਿਸੇ ਨੂੰ ਆਪਾਂ ਮਾਰਨਾ ਤਾਂ ਪਹਿਲਾਂ ਪਲੈਨਿੰਗ ਕਰਾਂਗੇ ਜੀ। ਭਗਤ ਸਿੰਘ ਦੇ ਜਦੋਂ ਭਗਤ ਸਿੰਘ ਬਾਰੇ, ਭਗਤ ਸਿੰਘ ਬਾਰੇ ਦਾ ਟਾਰਗੇਟ ਮਤਲਬ ਟੀਚਾ ਉਹਨਾਂ ਦਾ ਮਾਰਨ ਦਾ ਤਾਂ ਹੈ, ਜੋਨ ਜਿਹੜਾ ਸਾਂਡਰਸ ਹੈਗਾ ਸਾਂਡਰਸ ਨੂੰ ਮਾਰਨ ਦਾ ਤਾਂ ਹੈ ਹੀ ਨਹੀਂ ਸੀਗਾ ਵੀ ਸਾਂਡਰਸ ਨੂੰ ਮਾਰਨਾ ਹੈ, ਉਹਨਾਂ ਮਾਰਨਾ ਸੀਗਾ ਸਟੋਕ ਨੂੰ, ਐਸ ਪੀ ਸਟੋਕ ਨੂੰ ਮਾਰਨਾ ਸੀਗਾ। ਤੇ ਜਦੋਂ ਆਪਣੀ ਬੁਲਟ ਮਤਲਬ ਆਪਣੀ ਗੰਨ ਗੋਲੀ ਚਲਾਉਣ ਲੱਗੇ ਤਾਂ ਇਹਨਾਂ ਦੇ ਸਾਹਮਣੇ ਸਾਂਡਰਸ ਆ ਗਿਆ, ਠੀਕ ਹੈ ਜੀ, ਕਿਉਂਕਿ ਐਸ ਪੀ ਸਟੋਕ ਜਿਹੜੇ ਸੀਗੇ ਉਸ ਟਾਈਮ ਉਹ ਛੁੱਟੀ 'ਤੇ ਸੀਗੇ, ਤਾਂ ਉਹਨਾਂ ਸਾਹਮਣੇ ਆ ਗਿਆ ਸਾਂਡਰਸ। ਇਹਨਾਂ ਨੇ ਕਿਹਾ ਵੀ ਚਲੋ ਹੁਣ ਪਲੈਨਿੰਗ ਤਾਂ ਆਪਾਂ ਕਰੀ ਹੋਈ ਹੈ ਸਾਰੀ ਸਾਰੀ, ਠੀਕ ਹੈ, ਅਤੇ ਸਾਂਡਰ ਸਾਹਮਣੇ ਆ ਗਏ, ਸਾਂਡਰਸ ਨੂੰ ਗੋਲੀ ਮਾਰ ਦਿੰਦੇ ਨੇ, ਠੀਕ ਹੈ ਜੀ। ਕਈ ਵਾਰ ਪੇਪਰ 'ਚ ਪੁੱਛ ਲਿਆ ਜਾਂਦਾ ਹੈ ਵੀ ਇਹਨਾਂ ਦਾ ਟੀਚਾ ਕਿਸੇ ਜੀ ਮਾਰਨਾ ਕਿਹਨੂੰ ਸੀਗਾ, ਉਹਨੇ ਮਾਰਨਾ ਸੀਗਾ ਸਟੋਕ ਨੂੰ ਮਾਰਨਾ ਸੀਗਾ ਜੀ, ਠੀਕ ਹੈ ਜੀ। ਨੈਕਸਟ ਆਪਣੀ ਕਾਪੀ 'ਤੇ ਹੈਡਿੰਗ ਲਿਖਿਆ ਜੇ 8 ਅਪ੍ਰੈਲ 1929, 8 ਅਪ੍ਰੈਲ 1929 ਨੂੰ, 8 ਅਪ੍ਰੈਲ 1929 ਨੂੰ ਇਹ ਦਿੱਲੀ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਦੇ ਨੇ, ਬੰਬ ਸੁੱਟਿਆ ਇਹਨਾਂ ਨੇ, ਠੀਕ ਹੈ ਜੀ। ਬੰਬ ਸੁੱਟਿਆ ਅਤੇ ਬੰਬ ਸੁੱਟਣ ਵਾਲੇ ਕੌਣ ਕੌਣ ਸਨ? ਭਗਤ ਸਿੰਘ, ਭਗਤ ਸਿੰਘ ਅਤੇ ਇਹਨਾਂ ਦੇ ਨਾਲ ਕੌਣ ਸੀਗਾ? ਬੀ ਕੇ ਦੱਤ, ਬੀ ਕੇ ਦੱਤ। 8 ਅਪ੍ਰੈਲ 1929 ਨੂੰ ਦਿੱਲੀ ਅਸੈਂਬਲੀ 'ਚ ਬੰਬ ਸੁੱਟਦੇ ਨੇ, ਭਗਤ ਸਿੰਘ ਦੇ ਨਾਲ ਕੌਣ ਹੁੰਦਾ? ਬੀ ਕੇ ਦੱਤ ਹੁੰਦਾ ਜੀ, ਬੀ ਕੇ ਦੱਤ ਰਲ ਕੇ ਬੰਬ ਸੁੱਟਦੇ ਆ, ਬੰਬ ਸੁੱਟਦੇ ਅਸੈਂਬਲੀ 'ਤੇ। ਬੰਬ ਇੰਨਾ ਕੋਈ ਖਤਰਨਾਕ ਨਹੀਂ ਹੁੰਦਾ, ਠੀਕ ਹੈ, ਉਹ ਬੰਬ ਸਿਰਫ ਧੂੰਵੇਂ ਵਾਲਾ ਸੀਗਾ। ਉਹ ਬੰਬ ਸੁੱਟਿਆ ਕਿਉਂ ਜਾਂਦਾ? ਕਈ ਵਾਰ ਪੇਪਰ 'ਚ ਪੁੱਛਿਆ ਜਾਂਦਾ ਜਦੋਂ ਬੰਬ ਸੁੱਟਿਆ ਗਿਆ ਕਿਸ ਕਾਰਨ ਸੁੱਟਿਆ ਗਿਆ ਸੀਗਾ? ਬੰਬ ਸੁੱਟਿਆ ਗਿਆ ਸੀਗਾ ਮੀਲ ਮਜ਼ਦੂਰ ਐਕਟ ਪਾਸ ਕੀਤਾ ਹੁੰਦਾ ਅੰਗਰੇਜ਼ਾਂ ਨੇ, ਮਜ਼ਦੂਰ ਐਕਟ ਪਾਸ ਕੀਤਾ ਹੁੰਦਾ ਜਿਸ ਵਿੱਚ ਮਿਹਨਤ ਤਾਂ ਜ਼ਿਆਦਾ ਲੋਕ ਕਰਦੇ ਆ ਪਰ ਉਹਨਾਂ ਦੀ ਮਿਹਨਤ ਦੀ ਜੋ ਇਹਨਾਂ ਦਾ ਪੈਸਾ ਬਣਦਾ, ਕਮਾਈ ਬਣਦੀ ਹੈ, ਉਹ ਇਹਨਾਂ ਨੂੰ ਨਹੀਂ ਦਿੱਤਾ ਜਾਂਦਾ ਜੀ, ਠੀਕ ਹੈ ਜੀ। ਇਸ ਲਈ ਉਹ ਬੰਬ ਸੁੱਟਦੇ। ਜਦੋਂ ਭਗਤ ਸਿੰਘ ਨੇ ਬੰਬ ਸੁੱਟਿਆ, ਭਗਤ ਸਿੰਘ ਨੇ ਬੰਬ ਸੁੱਟਣ ਤੋਂ ਬਾਅਦ ਪਹਿਲੀ ਵਾਰ ਨਾਰਾ ਲਾਇਆ ਸੀਗਾ ਜੀ, ਪਹਿਲੀ ਵਾਰ ਨਾਰਾ ਲਾਇਆ ਸੀਗਾ ਇਨਕਲਾਬ ਜ਼ਿੰਦਾਬਾਦ ਦਾ। ਕੁਸ਼ਚਨ ਆ ਜਾਂਦਾ ਹੈ ਕਿ ਭਗਤ ਸਿੰਘ ਨੇ ਪਹਿਲੀ ਵਾਰ ਨਾਰਾ ਕਦੋਂ ਲਾਇਆ ਸੀਗਾ, ਕਿਸ ਟਾਈਮ ਲਾਇਆ ਸੀਗਾ? ਬੰਬ ਸੁੱਟਣ ਤੋਂ ਬਾਅਦ ਪਹਿਲੀ ਵਾਰ ਪਹਿਲੀ ਵਾਰ ਨਾਰਾ ਲਾਇਆ ਇਨਕਲਾਬ ਇਨਕਲਾਬ ਜ਼ਿੰਦਾਬਾਦ। ਇਹਨਾਂ ਨਾਰਾ ਲਾਇਆ ਸੀਗਾ ਇਨਕਲਾਬ ਜ਼ਿੰਦਾਬਾਦ, ਇਹਨਾਂ ਨੇ ਲਾਇਆ ਸੀਗਾ। ਤੇ ਲਿਖਿਆ ਕਿਹਨੇ ਸੀਗਾ? ਹਸਰਤ ਮੋਹਾਣੀ ਨੇ ਲਿਖਿਆ ਸੀਗਾ, ਹਸਰਤ ਮੋਹਾਣੀ ਨੇ ਲਿਖਿਆ ਸੀਗਾ, ਤੇ ਸ਼ਹੀਦ ਭਗਤ ਸਿੰਘ ਜੀ ਨੇ ਪਹਿਲੀ ਵਾਰ ਲਾਇਆ ਸੀਗਾ। ਕਦੋਂ ਲਾਇਆ ਸੀਗਾ? ਜਦੋਂ ਉਹਨਾਂ ਨੇ ਬੰਬ ਸੁੱਟਿਆ ਸੀਗਾ, ਠੀਕ ਹੈ ਜੀ। ਬੰਬ ਸੁੱਟਣ ਦਾ ਕਾਰਨ ਪੁੱਛ ਰਹੇ ਨੇ ਆਪਣੇ ਕਈ ਵਾਰ ਪੇਪਰ 'ਚ, ਤੇ ਪਹਿਲੀ ਵਾਰ ਭਗਤ ਸਿੰਘ ਨੇ ਨਾਰਾ ਕਦੋਂ ਲਾਇਆ ਸੀਗਾ, ਤੇ ਇਨਕਲਾਬ ਜ਼ਿੰਦਾਬਾਦ ਨਾਰਾ ਲਾਇਆ ਕਿਹਨੇ ਸੀਗਾ? ਇਹ ਪੇਪਰ 'ਚ ਪੁੱਛ ਲੈਂਦੇ। ਭਗਤ ਸਿੰਘ ਨੇ ਲਾਇਆ ਸੀਗਾ, ਕਦੋਂ ਸੁੱਟਿਆ ਸੀਗਾ ਬੰਬ? 8 ਅਪ੍ਰੈਲ 1929 ਨੂੰ ਬੰਬ ਸੁੱਟਿਆ। ਕਿੱਥੇ ਸੁੱਟਿਆ ਸੀਗਾ? ਦਿੱਲੀ ਅਸੈਂਬਲੀ ਬੰਬ ਸੁੱਟਿਆ। ਭਗਤ ਸਿੰਘ ਦੇ ਨਾਲ ਕੌਣ ਸਨ? ਬੀ ਕੇ ਦੱਤ। ਕੁਸ਼ਚਨ ਕਈ ਪੁੱਛਿਆ ਜਾਂਦਾ ਵੀ ਭਗਤ ਸਿੰਘ ਦੇ ਨਾਲ ਕੌਣ ਸੀਗਾ, ਉਹ
ਸਾਥੀ ਕੌਣ ਸੀਗਾ ਜਿਹਨਾਂ ਬੰਬ ਸੁੱਟਿਆ ਸੀਗਾ? ਬੀ ਕੇ ਦੱਤ ਨੇ ਬੰਬ ਸੁੱਟਿਆ ਸੀਗਾ ਜੀ। ਇਹਨਾਂ ਦੋਨੇ ਰਲ ਕੇ ਇਨਕਲਾਬ ਜ਼ਿੰਦਾਬਾਦ ਦਾ ਮਤਲਬ ਕੀ ਹੈ? ਬਦਲਾਵ। ਕੀ ਹੈ ਜੀ? ਮਤਲਬ ਬਦਲਾਵ ਵੀ ਹੁਣ ਬਦਲਾਵ ਸ਼ੁਰੂ ਹੋ ਗਿਆ ਹੈ। ਠੀਕ, ਇਨਕਲਾਬ ਜ਼ਿੰਦਾਬਾਦ ਕੀ ਹੈ ਜੀ? ਬਦਲਾਵ। ਠੀਕ ਹੈ ਜੀ, ਬੰਬ ਸੁੱਟੇ। ਉਸ ਤੋਂ ਬਾਅਦ ਬੰਬ ਸੁੱਟਣ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਭਗਤ ਸਿੰਘ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੀ। ਠੀਕ ਹੈ ਜੀ, ਗ੍ਰਿਫਤਾਰ ਕਰਕੇ ਇਹਨਾਂ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਬੰਦ ਕਰ ਦਿੱਤਾ ਜਾਂਦਾ, ਸੈਂਟਰਲ ਜੇਲ੍ਹ ਲਾਹੌਰ ਵਿੱਚ ਬੰਦ ਕਰ ਦਿੱਤਾ ਜਾਂਦਾ। ਠੀਕ ਹੈ ਜੀ, ਬੰਦ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਅੰਗਰੇਜ਼ ਸਰਕਾਰ ਠੀਕ ਇਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਜੀ। ਅੰਗਰੇਜ਼ ਸਰਕਾਰ ਜੋ ਬ੍ਰਿਟਿਸ਼ ਸਰਕਾਰ ਉਸ ਟਾਈਮ ਹੈਗੀ ਹੈ, ਇਹਨਾਂ ਨੂੰ ਸਜ਼ਾ ਸੁਣਾ ਦਿੰਦੀ ਹੈ, ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜੀ। ਠੀਕ ਹੈ ਜੀ, ਸੱਤ ਅਗਸਤ 1930 ਨੂੰ ਬ੍ਰਿਟਿਸ਼ ਸਰਕਾਰ ਇਹਨਾਂ ਨੂੰ ਸਜ਼ਾ ਸੁਣਾ ਦਿੰਦੀ ਹੈ। ਠੀਕ, ਬ੍ਰਿਟਿਸ਼ ਸਰਕਾਰ ਨੂੰ 7 ਅਗਸਤ 1930 ਨੂੰ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸਜ਼ਾ ਕਿਹੜੀ ਸੁਣਾਈ ਜਾਂਦੀ ਹੈ? ਸਜ਼ਾ ਸੁਣਾਈ ਜਾਂਦੀ ਹੈ ਮੌਤ ਦੀ, ਮਤਲਬ ਫਾਂਸੀ। 7 ਅਗਸਤ 1930 ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ। ਇਹਨਾਂ ਕਿਹਾ ਹੀ ਸੀਗਾ, ਉਦੋਂ ਸਰਕਾਰ ਕਹਿੰਦੀ ਹੈ ਕਿ ਭਗਤ ਸਿੰਘ ਵਰਾਂ ਨੂੰ ਫਾਂਸੀ 24 ਮਾਰਚ 1931 ਨੂੰ ਸਜ਼ਾ ਸਜ਼ਾ ਦਿੱਤੀ ਜਾਵੇਗੀ। ਸਜ਼ਾ ਦਿੱਤੀ ਜਾਵੇਗੀ। ਜਦੋਂ ਲੋਕਾਂ ਨੂੰ ਭਗਤ ਸਿੰਘ ਵਰ ਨੂੰ ਫਾਂਸੀ ਦੀ ਸਜ਼ਾ ਹੋਣ ਲੱਗੀ, ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗਦਾ ਹੈ, ਤਾਂ ਲੋਕ ਵਿਦਰੋਹ ਸ਼ੁਰੂ ਕਰਨ ਲੱਗ ਜਾਂਦੇ ਆ ਜੀ। ਵਿਦਰੋਹ ਸ਼ੁਰੂ ਕਰਦੇ ਆ, ਥਾਂ ਥਾਂ ਤੇ ਧਰਨੇ ਲੱਗਣ ਲੱਗ ਜਾਂਦੇ ਆ, ਤੇ ਬ੍ਰਿਟਿਸ਼ ਸਰਕਾਰ ਨੂੰ ਡਰ ਪੈ ਜਾਂਦਾ ਹੈ ਕਿ ਲੋਕ ਕਿਤੇ ਸਾਡੇ ਕੋਲ ਆ ਕੇ ਜਾਂ ਅੰਦਰ ਵੜ ਕੇ ਭਗਤ ਸਿੰਘ ਵਰ ਨੂੰ ਛੁਡਾ ਕੇ ਨਾ ਲੈ ਜਾਣ। ਠੀਕ ਹੈ ਜੀ, ਛੁਡਾ ਕੇ ਨਾ ਲੈ ਜਾਣ। ਇਸ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਦੋਂ ਦਿੱਤੀ ਜਾਂਦੀ ਹੈ ਜੀ? ਦੇਣੀ ਤਾਂ 24 ਨੂੰ ਸੀਗੀ, 24 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦੇਣੀ ਸੀਗੀ, ਪਰ ਬ੍ਰਿਟਿਸ਼ ਸਰਕਾਰ ਡਰ ਜਾਂਦੀ ਹੈ ਤਾਂ 24 ਮਾਰਚ ਦੀ ਜਗ੍ਹਾ ਤੇ ਇਹਨਾਂ ਨੂੰ 23 ਮਾਰਚ 1931 ਨੂੰ ਹੀ ਫਾਂਸੀ
ਦੇ ਦਿੱਤੀ ਜਾਂਦੀ ਹੈ। ਸਜ਼ਾ ਸੁਣਾਈ ਕਦੋਂ ਗਈ ਸੀ? 7 ਅਗਸਤ 1930 ਨੂੰ ਸਜ਼ਾ ਸੁਣਾਈ ਜਾਂਦੀ ਹੈ। ਠੀਕ ਹੈ, ਸਜ਼ਾ ਦੇਣੀ ਕਦੋਂ ਹੁੰਦੀ ਹੈ? 24 ਮਾਰਚ 1931 ਨੂੰ ਸਜ਼ਾ ਦੇਣੀ ਹੁੰਦੀ ਹੈ, ਤੇ ਦਿੱਤੀ ਕਦੋਂ ਜਾਂਦੀ ਹੈ? 23 ਮਾਰਚ 1931 ਨੂੰ ਤਿੰਨਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ, ਫਾਂਸੀ ਦੀ, ਮਤਲਬ ਫਾਂਸੀ ਲਾ ਦਿੱਤਾ ਜਾਂਦਾ। ਕਿਉਂ ਲਾ ਦਿੱਤਾ ਜਾਂਦਾ ਹੈ ਜੀ? ਕਿਉਂਕਿ ਇਹਨਾਂ ਨੇ ਜੋਹਨ ਸਾਂਡਰਸ ਨੂੰ ਮਾਰਿਆ ਹੁੰਦਾ ਜੀ। ਕਿਉਂਕਿ ਆਪਾਂ ਨੂੰ ਪਤਾ ਕਿ ਫਾਂਸੀ ਦੀ ਸਜ਼ਾ, ਜਾਂ ਕਿਸੇ ਨੂੰ ਆਪਾਂ ਸਜ਼ਾ ਦੇਣੀ ਹੈ, ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਆਪਣੇ ਕਾਨੂੰਨ 'ਚ, ਜਦੋਂ ਆਪਾਂ ਕਿਸੇ ਦਾ ਕਤਲ ਕਰਦੇ ਫਿਰ ਦਿੱਤੀ ਜਾਂਦੀ ਹੈ। ਹੁਣ ਪੇਪਰ 'ਚ ਪੁੱਛ ਲਿਆ ਜਾਂਦਾ ਹੈ ਵੀ ਇਹਨੂੰ ਫਾਂਸੀ ਦੀ ਸਜ਼ਾ ਕਿਸ ਲਈ ਦਿੱਤੀ ਗਈ ਸੀ, ਜਾਂ ਕਿਸ ਲਈ ਦਿੱਤੀ ਜਾ ਚੁੱਕੀ ਹੈ। ਭਗਤ ਸਿੰਘ ਨੂੰ ਫਾਂਸੀ ਆਪਸ਼ਨ ਦਿੱਤੀਆਂ ਹੋਣਗੀਆਂ ਵੀ ਇਹਨੇ ਬੰਬ ਸੁੱਟਿਆ ਸੀਗਾ, ਠੀਕ ਹੈ ਜੀ, ਜਾਂ ਹੋਰ ਹੋ ਸਕਦੇ ਆ, ਜਾਂ ਟ੍ਰੇਨ ਦਾ ਰਸਤਾ ਰੋਕਿਆ, ਜਾਂ ਟ੍ਰੇਨ ਲੁੱਟੀ, ਨਹੀਂ, ਆਪਸ਼ਨ ਦਿੱਤਾ ਹੋਇਆ ਗਿਆ ਵੀ ਇਹਨੇ ਜੋਹਨ ਸਾਂਡਰਸ ਨੂੰ ਮਾਰਿਆ ਸੀਗਾ, ਤਾਂ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਨੋਟ ਕਰ ਲਓ ਜੀ। ਨੈਕਸਟ ਥੋੜ੍ਹਾ ਲਿਖ ਲਓ ਜੀ, ਇਹਨਾਂ ਦੀ ਕਿਤਾਬ ਵੀ ਹੈਗੀ ਹੈ, ਇਹਨਾਂ ਨੂੰ ਜਦੋਂ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ, ਠੀਕ ਹੈ, ਜੇਲ੍ਹ ਵਿੱਚ ਭੁੱਖ ਹੜਤਾਲ ਵੀ ਕਰਦੇ ਆ, ਭੁੱਖ ਹੜਤਾਲ ਕਰਦੇ 116 ਦਿਨ ਦੇ ਲਈ ਭੁੱਖ ਹੜਤਾਲ ਕਰਦੇ, ਭੁੱਖ ਹੜਤਾਲ ਦੇ ਨਾਲ ਇਹਨਾਂ ਦੇ ਇੱਕ ਸਾਥੀ ਦੀ ਮੌਤ ਵੀ ਹੋ ਜਾਂਦੀ ਹੈ। ਪੇਪਰ ਵਿੱਚ ਜੋ ਇੰਪੋਰਟੈਂਟ ਹੈ ਆਪਾਂ ਉਹੀ ਕਰਾਂਗੇ, ਐਕਸਟਰਾ ਪੜ੍ਹਨ ਦੀ ਲੋੜ ਨਹੀਂ ਹੈ, ਹਲੇ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਬਾਅਦ 'ਚ ਆਪਾਂ ਵਾਧੂ ਕਰ ਲਾਂਗੇ, ਠੀਕ ਹੈ ਜੀ। ਪਹਿਲਾ ਮੇਨ ਅੱਧਾ ਹੈ, ਆਪਾਂ ਸੋਹਣੀ ਜਿਹੀ ਨੌਕਰੀ ਲੱਗ ਚੱਲੀਏ, ਗਿਆਨ ਦੀ ਪ੍ਰਾਪਤੀ ਆਪਾਂ ਕਰ ਲਾਂਗੇ, ਕੋਈ ਗੱਲ ਨਹੀਂ ਹੈ। ਇਹ ਕਿਤਾਬ ਲਿਖ ਲਓ ਇਹਨਾਂ ਦੀ, ਜੋ ਇਹ ਜੇਲ੍ਹ ਵਿੱਚ ਪੜ੍ਹਦੇ ਸੀਗੇ, ਮੈਂ ਨਾਸਤਿਕ ਕਿਉਂ ਹਾਂ, ਮੈਂ ਨਾਸਤਿਕ ਕਿਉਂ ਹਾਂ, ਵਾਈ ਆਈ ਐਮ ਐਂਥੈਸਟਿਕ, ਮੈਂ ਨਾਸਤਿਕ ਕਿਉਂ ਹਾਂ। ਨੋਟ ਕਰ ਲਓ ਜੀ। ਠੀਕ ਹੈ ਜੀ, ਮੈਂ ਨਾਸਤਿਕ ਕਿਉਂ ਹਾਂ, ਠੀਕ ਹੈ ਜੀ, ਥੋੜ੍ਹਾ ਰਿਵਾਈਜ਼ ਕਰ ਲੈਣਾ। ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਭਗਤ ਸਿੰਘ ਜੀ ਹੀ ਵਾਜੇ ਆਲਸੋ ਫਰੀਡਮ ਫਾਈਟਰ, ਇੱਕ ਕ੍ਰਾਂਤੀਕਾਰੀ ਸਨ। ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ ਜੀ? 27 ਸਤੰਬਰ 1907 ਨੂੰ ਹੋਇਆ, ਬੰਗਾਲ ਡਿਸਟ੍ਰਿਕਟ ਲਾਈਪੁਰ ਪਾਕਿਸਤਾਨ ਵਿੱਚ ਹੋਇਆ ਸੀਗਾ। ਪਿਤਾ ਦਾ ਨਾਂ ਕਿਸ਼ਨ ਸਿੰਘ, ਮਾਤਾ ਦਾ ਨਾਂ ਵਿਦਿਆਵਤੀ ਕੌਰ, ਅਤੇ ਇਹਨਾਂ ਚਾਚਾ ਜੀ ਅਜੀਤ ਸਿੰਘ ਸੀ, ਠੀਕ ਹੈ ਜੀ। ਇਹ ਬਦਲਾ ਲੈਂਦੇ ਆ ਕਾਹਦਾ, ਕਹਿੰਦੀ ਮੌਤ ਦਾ ਬਦਲਾ ਲੈਂਦੇ ਆ, ਲਾਲ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਂਦੇ ਆ। ਕਿਹਨੂੰ ਮਾਰਦੇ ਆ? ਸਾਂਡਰਸ ਨੂੰ ਮਾਰਦੇ, ਮਾਰਨਾ ਕਿਹਨੂੰ ਹੁੰਦਾ? ਸਟ੍ਰੋਕ ਨੂੰ ਮਾਰ ਕਿਹਨੂੰ ਦਿੰਦੇ ਆ? ਸਾਂਡਰਸ ਨੂੰ ਮਾਰ ਦਿੰਦੇ ਆ, ਠੀਕ ਹੈ। ਇਹਨੇ ਬੰਬ ਸੁੱਟਿਆ ਸੀਗਾ, ਠੀਕ ਹੈ, ਬੰਬ ਇਹਨਾਂ ਕੋਲ ਖਤਰਨਾਕ ਸੀਗਾ, ਅਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਹੜੇ ਕੇਸ ਵਿੱਚ ਦਿੱਤੀ ਜਾਂਦੀ ਹੈ? ਜਦੋਂ ਸਾਂਡਰਸ ਨੂੰ ਮਾਰਿਆ ਤਾਂ ਉਸ ਕੇਸ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਫਾਂਸੀ ਦੀ ਸਜ਼ਾ ਸੁਣਾਈ ਕਦੋਂ ਗਈ ਸੀਗੀ? 7 ਅਗਸਤ 1930 ਨੂੰ ਸੁਣਾਈ ਗਈ ਸੀਗੀ, ਠੀਕ ਹੈ ਜੀ। ਫਾਂਸੀ ਦੀ ਸਜ਼ਾ ਦਿੱਤੀ ਕਦੋਂ ਜਾਣੀ ਸੀਗੀ? ਦਿੱਤੀ ਜਾਣੀ ਸੀਗੀ, ਹੁਣ ਆਪਾਂ ਨੂੰ ਪਤਾ ਹੈ ਫਾਂਸੀ ਸਜ਼ਾ ਦਿੱਤੀ ਜਾਣੀ ਸੀਗੀ 24 ਮਾਰਚ 1931 ਨੂੰ ਦਿੱਤੀ ਜਾਣੀ ਸੀਗੀ, 24 ਮਾਰਚ 1931 ਨੂੰ ਦਿੱਤੀ ਜਾਣੀ ਸੀਗੀ, ਬਟ 23 ਮਾਰਚ 1931 ਨੂੰ ਹੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ, ਕਿਉਂਕਿ ਲੋਕ ਉਦੋਂ ਭੜਕ ਚੁੱਕੇ ਸਨ ਅਤੇ ਅੰਗਰੇਜ਼ ਸਰਕਾਰ ਡਰ ਗਈ ਸੀਗੀ। ਅਤੇ ਇਹਨਾਂ ਦੀ ਇੱਕ ਕਿਤਾਬ ਹੈਗੀ ਹੈ, ਵਾਈ ਆਈ ਐਮ ਐਥੈਸਟਿਕ, ਮੈਂ ਨਾਸਤਿਕ ਕਿਉਂ ਹਾਂ। ਸਾਰਾ ਕੁਝ ਨੋਟ ਕਰ ਲਿਆ ਹੋਗਾ, ਆਈ ਹੋਪ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ
ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਜੇ। ਧੰਨਵਾਦ ਜੀ।